الله الرحمن الرحيم اللهم صل على النبي الكريم والصلاة صلواتك عليه وعلى آله يا رب الساعات والصفات لكل نهار فليوم وافنوا وكيدهم وناصروا وتبينوا تدخله مرمتة وأما تمثيلا في يا رب محمد صل على محمد وأجل فرجا بسم الله صلوات پڑھو نعرہ تکبیر نعرہ تکبیر نعرہ رسالت نعرہ رسالت نعرہ حیدری سارے مولائی ہاتھ بلند کر کے نعرہ حیدری نعرہ صلوات سیدا پر مہمان دعا کرے نہ مولا امام زمانہ تھوڑے مقدس مقام پہ پورے بانی آمدہ دیا فرش ماتم بچھایا بنا گاکرین دفرا میں حقیر کی نوکری سرکار اپنی بارگاہ قبول فرماؤ جتنے ٹورے ہوئے تھوڑا ایک ایک قدم کی عبادت کی شمار ہو گئے بیماروں کو مالک صحت عطا کرے بے جرم قیدی دی قید رہا ہوئے سارے پردے والے ایمان کا موجود ضرور ہوئے اور خاص کر ان ادانی جتنی ادارہ مغلوں میں کر پڑا دے مشن ڈیوٹی دیتی ہیں مالک قبول فرماوے خصوصاً سارے جتنے انتظامیہ کے لوگ بھی پولیس والے مالک انہوں نے دل کی کرے باقی اس آستان کی پوری انجمن یا ساؤنڈ والے ملتان دے کورے جتنے بھی آزاد جے جے حوالے دار نوکری دیتی ہے مالک انہوں نے ہمیشہ سلام اگر کوئی تکلیف ہی تھے مالک تکلیف تو میرے بھائی حیدر علی شاہ کو مالک حیاتی والا بیٹا سمر عباس کو اپنے خاندان لال مالک ہمیشہ آباد خوشحال رکھ کوئی تولانی مجلس نہیں چھتری مکان 15 یا 20 منٹ کی نوکری تو میرے حق کی دعا کر سو میں تمہارے حق کی دعا کر سو مت سمجھے کہ محرم بک ہو گیا دا محرم دیتی کہ پھرا تو بک گئے پھر دشن ہوتے میں کہ پھر دا محرم شروع کی جائے دا محرم مغلوں کی شہادت بعد حالے کی لتھا نان لٹ گئے میں کہ حالے کی لتھا نہیں لٹ گئے یہ جی 11 محرم کی رات ہے یہ بطول کی ادھیاں تو بڑی اوکھی ہو رہی ہے کیونکہ دا محرم کی جڑی رات ہے نا اجر سوکھی ہے جو بھیڑ کو بھی رام موجود ہے ماں کو پتر موجود ہے جت جت بیٹھے ہوئے چلو ہنج نام کی پی ہوئے روٹی ہے تو کرے ہے تو اجر لکھی دے جب 11 محرم کی رات تھی یہ بھیڑ بھی رات ہوئے ماں پتر تو دور رہی
ਜਿਹੜੀ ਯਾਰਾਂ ਮੁਹਰਮ ਦੀ ਰਾਹ 'ਤੇ ਜੇ ਪੁੱਛਾਂ ਮੈਂ ਗਰੀਬ ਫਰੇ ਦਿਨ ਅੱਜ ਵੀ ਕਈ ਕਈ ਹੁਸੈਨ ਪਾਤਸ਼ਾਹ ਦੇ ਵਾਕਿਆ ਕਦੇ ਸ਼ਾਮੇ ਗਰੀਬ ਪੜ੍ਹਨ ਨਾ ਅੱਧ ਨੇ ਹਰ ਘਰ 'ਤੇ ਆਉਂਦੀ ਹੈ ਆਉਂਦੀ ਕਿਵੇਂ ਹੈ ਕਿਹੜਾ ਘਰ ਹੈ ਜਿਹੜਾ ਮੌਤ ਤੋਂ ਖਾਲੀ ਵੀ ਜਿਹੜਾ ਮੈਯਤ ਤੋਂ ਦਫ਼ਨ ਕਰਕੇ ਬੰਦੇ ਹੈ ਅਤੇ ਜਿਹੜੀ ਉਥਲੀ ਰਾਤ ਆਉਂਦੀ ਹੈ ਉਹ ਹੁੰਦੀ ਹੈ ਉਹ ਘਰ ਕਿਤੇ ਸ਼ਾਮੇ ਗਰੀਬਾਂ ਮੈਂ ਸੈਦਾ ਵਿਦਵਾ ਮੰਗਣਾ ਤੋਂ ਅਮੀਰ ਆਖੇ ਮੈਂ ਅਦਰ ਅਲਾ ਸ਼ਾਲਾ ਇਹੋ ਤੇ ਸ਼ਾਮੇ ਗਰੀਬਾਂ ਕਈ ਘਰ 'ਤੇ ਨਾ ਆਵੇ ਜਿਹੜੀ ਘਰ ਵਾਲਾ ਬਦੋ ਦੀਆਂ ਧੀਆਂ ਇੱਥੇ ਕਹਿੰਦੇ ਹੀਕ ਮਰ ਵੇ ਨਾ ਸਾਡੇ ਪਿੰਡ ਦਾ ਵਸੇਬ ਦਾ ਦਸਤੂਰ ਹੈ ਕਿ ਜਿਹੜਾ ਮੈਯਤ ਕੋ ਦਫ਼ਨ ਕਰਕੇ ਵਲਸੂ ਹਰ ਕੋਈ ਘਰ ਚ ਲਾਵੇ ਸੀ ਵਲਾ ਸਾਰੇ ਇਕੱਠੇ ਸੀ ਔਜਾਰ ਸਾਰੇ ਇਕੱਠੇ ਹੁੰਦੇ ਹੈ ਉਹਦੇ ਨਾਲ ਨੰਗ ਬਣ ਕੇ ਵਸ ਉਹਦੇ ਜਿਗਰ ਕੀ ਅੱਗ ਕੁਝ ਠੰਡੀ ਹੋ ਰਹੀ ਸੀ ਮੇਰੇ ਤੁਹਾਡੇ ਉੱਤੇ ਸਵਾਲ ਹੈ ਇੱਥੇ ਕਹੇ ਤਾਂ ਹੀ ਟੁੱਟ ਵੱਜੇ ਤੁਸੀਂ ਸਾਰਾ ਵਸੇ ਉਹਦੇ ਬੂਹੇ 'ਤੇ ਟੁੱਟ ਵੱਜਦੇ ਗਏ ਅਤੇ ਮੈਦਾਨ ਕਰ ਬਣਾਏ ਚਲੀ ਦੀ ਧੀ ਦਾ ਹਿੱਕ ਦੀ ਬਹੱਤਰ ਟੁੱਟ ਰਹੇ ਬਹੱਤਰ ਦੇ ਮੁਸਲਮਾਨਾਂ ਇਹੋ ਦੇ ਮਕਾਨ ਦਿੱਤੀ ਹੈ ਜੋ ਚੂਹਟ ਪਰਦਾਦਾਰ ਦਾ ਇੱਕ ਹੋਵੇ ਆਉਂਦਾ ਹਾ ਵਾਹੀ ਲੱਭਣੀ ਮਦਦ ਕਬੂਲ ਕਰੇ ਆਇਓ ਸਾਡਾ ਪਰਦਾ ਤੁਸਾਂ ਵਸਤੇ ਘਰਾਂ ਦੇ ਲੋਕ ਬੈਠੇ ਨੇ ਅਤੇ ਹਮੇਸ਼ਾ ਤੁਹਾਡੇ ਘਰ ਵਸਤੇ ਰਹਾ ਹੈ ਇੱਕ ਗੱਲ ਦਾ ਜਵਾਬ ਦਿਓ ਅੱਜ ਦੀ ਤੇ ਬਿਠਾ ਉਹਨੇ ਵੀ ਕਈ ਘਰ 'ਚ ਪੰਜ ਸੱਤ ਬੱਚੇ ਰਹਿੰਦੇ ਹੋਵੇ ਅਤੇ ਉਹ ਕਦੇ ਖਾਮੋਸ਼ ਪਾਵੇ ਕੋਈ ਬਿਠਾ ਵੇ ਤਾਂ ਦੱਸੋ ਅਗਰ ਤੈਨੂੰ ਨਜ਼ਰ ਨਹੀਂ ਆਇਆ ਆ ਤੈਨੂੰ ਤਾਰੀਖ ਇੱਕ ਰਾਤ ਮੈਂ ਲਿਖੇ ਨਾ ਮੈਦਾਨ ਕਰ ਬਣਾ 'ਚ 84 ਬੱਚਾ ਅਤੇ ਚੋ ਆਪਣੀ ਮਦਦ ਕਬੂਲ ਕਰੇ 84 ਬੱਚਾ ਅਤੇ ਚੋ ਮੇਰੀ ਸੈਨ ਜਿਹੜੇ ਵੇਲੇ ਡਿੱਠੇ ਨਾ ਆਲੀਆ ਸੈਨ ਵੀ ਮੈਂ ਜਿਹਦੇ ਮਾਂ 'ਤੇ ਵਤਨ ਛੋੜ ਰਹੀ ਹਾਂ ਉਹ ਤਾਂ ਦਰਿਆ ਫੁਰਾ ਦੇ ਕਿਨਾਰੇ 'ਤੇ ਸੌਂ ਗਏ ਮੇਰੀ ਬੱਚਿਆਂ ਕੋਲ ਬਣ ਕੇ ਡਿੱਠੇ ਮੇਰਾ ਤੁਹਾਡੇ ਉੱਤੇ ਸਵਾਲ ਹੈ ਜਿਹੜੇ ਅੱਬਾਸ ਦੇ ਪਹਾੜੇ 'ਤੇ ਸੁੰਮਣ ਦੇ ਲੱਖ ਹੈ ਬੱਚਿਆਂ ਕੋਲ ਨਿੰਦਰਾ ਵੀ ਹੈ ਮੇਰੀ ਸੈਨ ਆਵੇ ਤਾਂ ਸਾਰੇ ਬੱਚੇ ਉੱਥਾਂ ਬੈਠੇ ਜਿੱਦਾਂ ਸਰੀਰ ਦੀ ਰਸਮੀ ਕਲਾਂ ਦੀ ਧੀ ਬੈਠੀ ਹੈ ਮਾਸੂਮਾਂ ਦੇ ਗੱਲ 'ਚ ਬਈ ਪਾ ਕੇ ਇੱਕੋ ਸਵਾਲ ਕਰੇ ਨਾ ਆਏ ਮਾਸੂਮਾਂ ਤੇਰੇ ਅਸਰ ਮੁੰਡਾ ਤਾਂ ਪਾਣੀ ਨਾ ਅਲੱਗ ਭਲੀ ਮਦਦ ਕਰੋ ਜਿਹੜੇ ਵੇਲੇ ਮੇਰੀ ਸੈਨ ਡਿੱਠੇ ਨਾ ਬਈ ਬੱਚਿਆਂ ਕੋਲ ਨੀਂਦ ਨਹੀਂ ਆਉਂਦੀ ਫਿਰਦਾ ਤਾਂ ਹੱਥ ਪੱਕੇ ਖੇਲੇ ਦਾ ਕਿ ਗਈ ਅਮਾ ਤੈਨੂੰ ਪਤਾ ਅੱਜ ਮੈਂ ਦੀ ਗੱਦੀ ਲੁੱਟੀ ਗਈ ਹਾਂ ਅਮਾ ਅੱਜ ਮੇਰੇ ਮਾਣ ਮੁੱਕ ਗਏ ਅਮਾ ਮੈਂ ਇੱਕ ਇੱਕ ਮਾਸੂਮ ਦਾ ਚਿਹਰਾ ਡਿੱਠਾ ਇਹ ਸਮਝੇ ਨਹੀਂ ਇਹੋ ਕੁਝ ਜਾਂਦੀਆਂ ਅੱਜ ਦੀ ਰਾਤ ਤੋਂ ਹੁਸੈਨ ਬਣ ਕੇ ਬੱਚੇ ਮੁਸਾ ਅਤੇ ਮੈਂ ਅੱਬਾਸ ਦੇ ਮਿਹਨਤ ਦੇਦੀਆਂ ਬਾਹਰ ਅਗਲੇ ਜੁਮਲੇ 'ਤੇ ਹੰਜ ਨਾ ਵੀ ਹੈ ਤੇਰੇ ਵਾਸੀ 'ਚ ਬਾਹਰੇ ਦਾ ਨਾਮ ਹੈ ਫਿਰ ਗਮੀ ਅਤੇ ਜਣੀਏ ਮਾਤਮ ਕਰਕੇ ਆਉਂਦੀ ਵੱਤ ਦੱਸ ਤੂੰ ਤੇ ਬਾਹਰ ਤੂੰ ਤਾਂ ਪਿਓ ਨਾਲ ਹੀ ਚੱਕਦਾ ਨਾ ਮੈਂ ਬੋਲੀ ਬੀਬੀਆਂ ਦੀ ਅੰਮਾ ਵਸਤੇ ਉੱਜੜ ਰਹਿੰਦੇ ਅੱਜ ਮੈਂ ਪਾਰ ਆਈ ਨੇ ਸਮੇਂ ਦਾ ਬਾਬਾ ਨਾ ਚੱਪ ਛੋੜ ਕੇ ਮੈਂ ਉਜੜੀ ਦਾ ਪਾਰਾ ਦੇਖਣਾ ਸੀ ਮੇਰੀ ਸੈਨ ਕੋ ਬਈ ਕਈ ਸ਼ਹਿਰ ਨਜ਼ਰ ਨਹੀਂ ਆਈ ਇੱਕ ਖੇਮਾ ਦੀ ਸੜੀ ਵਿੱਚ ਉਹ ਚਾਰ ਕੇ ਬਣੀਏ ਪਾਰੇ ਦਾ ਚੱਕਰ ਕਿ ਬਲਾ ਦੁਨੀਆ ਦਾ ਦਸਤੂਰ ਹੈ ਕੋਈ ਹੋਵੇ ਨਾ ਕਿ ਮੌਸਮ ਵਿੱਚ ਵਸਦਾ ਅਤੇ ਵਸਤੇ 'ਤੇ ਪੈ ਵਣੀ ਅਚਾਨਕ ਲੁੱਟ ਉਹ ਕਈ ਕਈ ਵੇਲੇ ਆਪਣਾ ਵਸਤਾ ਵੇਲਾ ਗਰੂ ਯਾਦ ਆ ਸੀ ਆਲੀਆ ਸਹਿਣ ਕੋ ਵਸਤਾ ਵੇਲਾ ਉਹ ਵੇਲੇ ਯਾਦ ਹੈ ਜਿਹੜਾ ਬਣੀਏ ਨਾ ਪਾਰੇ ਦਾ ਚੱਕਰ
شکل وستا ویلا یہاں ہے آسمان تو مو کر کے آدھی ہے میرا نام میں ہوا آلیا ہاں جنہے وطن تے اٹھارا ہوا ہے واہ بھائی واہ واہ بھائی واہ حکم آلیا فیل دی غربت مکان کھلا گئے مطلب سمجھے جو محرم مک گئے بھراد مک گئے بھین نہ شروع تھی بی بی جو جاتے کروا لیے نچب دمو کر کے آجے بابا پتران دی جانگ دیتی آئی لٹی دھی دا پارنے بابا جنگل رنالے بچڑے آنی بابا نچب چھوڑ کر بلایا پہلے وانا بھی دھی آئی اکبر دے پالانا دی ماتری جھتے کرو لی وقت کو ویلا جو یاد ہے دریا فرادمو کر کے آدھے غاوی جا تیرے بعد آج میرے مان مک گئے غاوی تیرے آخر دے میں پردے دارا دی چادر دی زمانہ چاہیا ہمیں آج دیکھ میں جنگل اج پارے ودی دیری اکبر دے پارنا دی ماں پنجواں یا چھیواں چکر ولیے ہر قلعہ دیتا نائے جو ٹر دی ہوئی لو گئی کیڑا منگا دیتا ہے دو نکے نکے ہر سائن دی ہر قدمہ تے آ بی بی آدھے کونے وے میرے قدمہ تے آدھے رکھڑا نی آدھے پہچان تر نوکر اباو دیا دیا ہے تیری منت کرے نی آئے سارے بابے کو گلے نہ دے تو گلے دے نہیں سارے بابے دلا شب بلند ہوئے دیئے واہ بھائی واہ واہ بھائی واہ اللہ پر عبادت قبول کرے یہ میں کہا کہ بھی مجھے غربت مکان کے اچھے کلی مکان اگلے سال جڑا ہو سی قبلہ اور ہو سی میری سین وقت پہرے دے چکر ولی پردادار روندے کھڑے آلیہ سین پہرے دے چکر کھڑی ولدی پوری زندگی جڑا بندہ مظلوم دی مجلس وچ نہیں رونا جملہ سنے یا اچانک نہ جب دے والی تو نہ جب چھٹ گئی ہے کہنا دے امیر دا نجف چھوڑنا نبیان دیا مغارا حل گیا نا آدم نو دیا آگا دیا یا لیکن پہلے دے پر میں در مویا کو نہ مارو میں کربلا پیا وینا نبیا دریا آئے لی جانو صبح دی شروع ہے ہون دی تا نجف نیوی چھوڑا پر میں در مویا کو نہ مارو جن صبح لڑ دے رہن میرے پتر آئین ہون میری دی میرے نام دیو تھی سڑے دی کھڑیے جیڑی میرے نال کھڑا نہیں بولی واہ بھائی واہ واہ بھائی واہ انہیں میرا دل اللہ دی رحمت نہ بنا ہو بھیا قبلہ کائنا دے ہمیں تو نجف چھوٹ گئی ہے مائی میں پردہ رہا نا کربلا پہنچا تو پہلے علی دی ولایت دی خوشبو کربلا پہنچی ہر وقت پڑے جو بی بی نہیں سناتا کہ سوار والوں میں علی دی دھی میں آدرا نہ جری اجڑ گئی ہوئے ہائی زہرا دی دھی جٹا میری سائن ناوا چکر ولیے نجف ہر پاسو بابا گھوڑے تنہ رائے اس پار ہر منا بھولی ہے اتھا آئیے جتن رکیوں یا بی بیاں بیٹھے ہیں نا دیر پردہ دارو اگر کہے کلو کوئی چادر بچ گئی بے کنے ہو واہ بھائی ماں واہ بھائی ماں اللہ پر عبادت کو رکھنے میں کو بابا ملانا آگی ہے میری چادر دی گئے دل اٹھی گئی میرے تھوڑوں تے سوال ہے کہیں کل چادر ہائی قبلہ چادر کوئی نہیں بی بی واپس ہولی انہوں کہنا دا امیر دھی دیاں گانے سن دے آئیں رو دے آئیں گھولا بھڑے نہیں
ਜੇ ਨੱਪੀ ਉੱਤੇ ਧੀ ਕੁੱਤਰਾ ਕਦਮਾਂ ਦਾ ਫਾਸਲਾ ਆ ਰਹੀ ਹੈ ਹੱਥ ਬਣਦਾ ਪਹਿਲੇ ਅਕਬਰ ਦੀ ਬੱਚੀ ਦੱਸਿਆ ਅੱਬਾ ਦੇ ਬਾਬੂ ਦੱਸਿਆ ਕਾਸਿਮ ਦੀ ਲਾਜ ਦੇ ਘੋੜੇ ਭਜਨੇ ਦੱਸਿਆ ਪਰ ਰੋ ਨਾ ਰੋ ਤੇਰੀ ਮਰਜ਼ੀ ਜਿਹੜਾ ਬਾਬਾ ਮੈਂ ਨਜਬ ਛੋੜ ਕੇ ਤੇਰਾ ਪਹਿਰਾ ਦੇਖਣਾ ਆ ਅੱਜ ਕਈ ਸ਼ੈ ਮੰਗਾ ਮੈਂ ਕੋ ਖਾਲੀ ਨਵਲੇ ਜਿਹੜਾ ਮੰਗਣ ਦਾ ਨਾਮ ਹੈ ਆਲੀਆ ਪਿਉ ਦੇ ਘੋੜੇ ਦੀ ਵਾਗ ਛੋੜੀ ਇਹੋ ਜਿਹੀ ਗੱਲ ਕੀਤੀ ਹੈ ਜੋ ਕਰ ਬਲਾ ਲਗਈਏ ਠੰਡਾ ਸਾ ਭਰ ਗਿਆ ਜੇ ਬਾਬਾ ਹਰ ਸ਼ੈ ਮੰਗੇ ਛੜਾ ਪਾਣੀ ਨਾ ਮੰਗੇ ਬਾਬਾ ਮੇਰੇ ਕੋਲ ਪਾਣੀ ਆਵੇ ਮੇਰੇ ਦਸਨ ਮਰੀਜ਼ ਨਾ ਸ਼ਬੀਰ ਸੱਦਰ ਕਦਮ ਤੇ ਮੰਗਦਾ ਰਹੇ ਵਾਹ ਬਈ ਵਾਹ ਵਾਹ ਬਈ ਵਾਹ ਅੱਲਾ ਤੇਰੀ ਇਬਾਦਤ ਕਬੂਲ ਕਰੇ ਕਿਬਲਾ ਪਿਓ ਤੇ ਧੀ ਦੇ ਵੈਣ ਬੁਲੰਦ ਹੋਏ ਤ੍ਰਿਆ ਪਰਦਾਦਾਰ ਅਲੀ ਬਾਦਸ਼ਾਹ ਦੇ ਘੋੜੇ ਤੋਂ ਦੌੜੀ ਕਹਿ ਪਰਦਾਦਾਰ ਆ ਕੇ ਅਲੀ ਦੇ ਦਸਤ ਅਬਦੁੱਲਾ ਦਾ ਬੋਸਾ ਕੀਤਾ ਕਈ ਪਰਦਾਦਾਰ ਆ ਦੇ ਯਾ ਅਲੀ ਮੈਂ ਸੋਹਣੇ ਪੁੱਤਰ ਦੀ ਮਾਂ ਮੇਰੇ ਬੱਚੜੇ ਨੂੰ ਪੰਛੀ ਮਾਰੀ ਫਰਮੈਂਦੇ ਨਾ ਰੋ ਮੈਂ ਤੇਰੇ ਅਕਬਰ ਦੇ ਰਾਵੀ ਹਾਂ ਅਕਬਰ ਦੇ ਮਾਂ ਦੇ ਬਾਦ ਕਾਸਿਮ ਦੀ ਉਮਰੀ ਆਈ ਯਾ ਅਲੀ ਮੇਰੇ ਅਕਬਰ ਦੀ ਮਾਂ ਮਿਲਣ ਅਲੀ ਹੌਸਲਾ ਦਿੱਤਾ ਕਾਸਿਮ ਦੀ ਮਾਂ ਮਿਲਣ ਅਲੀ ਹੌਸਲਾ ਦਿੱਤਾ ਇੱਕ ਇਹੋ ਜਿਹੀ ਬੀਬੀ ਆਈਏ ਜਿਹੜੇ ਡਾਲੀ ਬਹਾਦਰਾ ਖੋਰ ਦੀ ਛੁੱਟ ਗਈ ਹੈ ਦੇਖੋ ਸ਼ਬੀਰ ਦੀ ਪੱਗ ਆ ਗਈ ਇੰਤੇ ਦੇਖੋ ਇਹ ਸ਼ਬੀਰ ਦੀ ਪੱਗ ਜੇਕੋ ਹਾਲ ਸਮਝ ਨਾ ਹੁਣ ਜਿਤਨੀ ਅਜ਼ਾਦਾਰ ਬੈਠੇ ਉਹ ਮੇਰੀਆਂ ਮਾਵਾਂ ਭੇੜੀ ਤੁਹਾਡੇ ਪਰਦੇ ਸਲਾਮਤ ਹੋਵੇ ਇੰਤੇ ਦੇਖੋ ਸੈਯਦ ਆਲੀਆ ਸੈਨ ਦੀ ਚਾਦਰ ਗਿਰ ਮਿੰਬਰ ਦੀ ਕਸਮ ਹੈ ਉਹ ਚਾਦਰ ਹੈ ਜਿਹੜੀ ਅਲੀ ਦੀ ਧੀ ਕੋ ਅਕਬਰ ਕੋਲ ਢੇਰ ਪਿਆਰੀ ਹੈ ਜਿਹਦਾ ਬਾਬਾ ਮਿਲਣ ਹੈ ਬੀਬੀ ਮਾਤਮ ਕਰ ਗਿਆ ਦੀ ਬਾਬਾ ਇਕਲਾ ਬਾਬਾ ਅਕਬਰ ਕੋਲ
ਕੁਰਬਾਨ ਥੀ ਪਵਾਂ। ਕਿਬਲਾ ਜਿਹੜੇ ਵੇਲੇ ਅਲੀ ਪਾਤਸ਼ਾਹ ਕਰਬਲਾ ਦੀ ਜ਼ਮੀਨ 'ਤੇ ਬੈਠੇ ਅਤੇ ਚੂਹੇ ਪਰਦਾਦਾਰ ਵੈਣ ਬੁਲੰਦ ਕੀਤਾ, ਅਲੀ ਪਾਤਸ਼ਾਹ ਕਈ ਵੇਲੇ ਸੱਜੇ ਰਹਿੰਦੇ ਕਈ ਕਈ ਵੇਲੇ ਖੱਬੇ ਰਹਿੰਦੇ, ਆਲੀਆ ਦੇ ਬਾਬਾ ਕੇ ਕੁਲੇ ਦਿਓ ਫਰਮੈਦਨ ਸਾਰੇ ਸਕੀਨਾ ਨਹੀਂ ਆਈ ਬੀਬੀ ਅੱਗੇ ਬਾਬਾ ਇੱਥੇ ਹੀ ਪਾਓ ਮੈਂ ਸਰ ਗਿਣਾ ਨਹੀਂ ਆ ਉੱਥਾ ਆਏ ਜਿੱਥੇ ਬਾਬੇ ਦੀਆਂ ਗਰਦਾ ਗਿਰ ਗਿਰ ਰੋਂਦੀ ਬੈਠੀ ਆ ਜੇ ਜਲਦੀ ਆ ਮੇਰਾ ਬਾਬਾ ਨਜ਼ਰ ਵਿੱਚੋਂ ਆ ਗਈ ਹੈ ਜਿੱਥੇ ਜਦਾਂ ਮਨ ਪੱਕੇ ਕੇ ਤੁਰਦੀ ਆਈ ਹੈ ਹਰ ਬੰਦਾ ਹਾਲਾ ਦੇ ਕੋਲ ਮਿਲਣ ਲੱਗਿਆ ਹੋਇਆ ਕੋਲ ਮਿਲਣ ਨਹੀਂ ਆਈ ਵੀ ਕਦਮ ਪਰੇ ਖੜ ਗਈ ਹੈ ਨਿੱਕੇ ਨਿੱਕੇ ਹੱਥ ਮੱਥੇ ਤੇ ਰੱਖ ਗਿਆ ਜੇ ਮੋਮਲਾ ਦਾ ਅਮੀਰ ਗਰੀਬ ਮੇਰੇ ਬਈ ਹੈਦਰ ਸ਼ਾਹ ਕੋਈ ਬੇਟਾ ਸਾਹਿਬ ਫਰਮਾ
میرے بھائی احسن بھی میرا ماں خاندان سویب دل کی طرح سے ہوگا سجد کی آئے ہوئے مالک پڑے دن کے دیکھ کھا جاتا ہے بار بار کوئی بیمار ہے تو مالک سیاں عطا کرے کوئی بے اولاد ہے تو ہمیں چھوڑی آباد ہو جائے ایک بچے نوجوان نجف بھی مالک وہ دیوی بن کے طرح سے ہوگا بیا جی نہ مومنین میرے لیے تو ہی ہے مالک اپنی بار بار مستجا فرما ملتان اگاداری کا موقع دے میرا مالک ہمیشہ ہی شہر اگاداری دے چرا ہی نہیں ہو گیا یہ شبیر دے کرنا جتنے لوگ وابستہ ہی میرا مالک ہی ہمیشہ آبا اچھا کر اور جتنے بھی اس بارگاہ دے تراکین میں لگے مالک انہوں نے زندگی دراز فرما انہوں کو آپس اتفاق کا فرما میرا مالک جائیں جائیں بندے کی خارج شبیر دی عبرداری کی سرن ہے آپ بھی بارگاہ کی قبول فرما انہوں نے انہوں کو کونے بچنے لوگوں کا فرما جنہیں نہیں گر سنگے انہوں کو دوسری طریق شامل کیوں دی توفیق عطا فرما سارے پردے والے ایمان قبول جان یہ تک موت نہ دے وے جے تک چھوڑا دے گوار پرور میرا مالک ساری آخر تے من بھی دیا دعا ہے سارے بارویں حاجی دبو جان کو آمین آ کے آلی اسرائیل کی چادر دبو جان کے اور حسن حکیر آخر کے رہا سے سرکار دے سر میرا اللہ چھوڑا دے گا امت صدقہ اج دوئی کو اپنی بات کا رکھے اللہم صلی اللہ محمد 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 پاک سینس دشمن تلانات